ਹੈਲੋ ਜੀ ਦੇਖ ਲਓ ਤੁਸੀਂ ਮੀਂਹ ਦਾ ਕਿੰਨਾ ਬੁਰਾ ਹਾਲ ਹੋਇਆ ਪਿਆ ਅੱਜ ਨਾ ਮੈਂ ਸਵੇਰੇ ਉੱਠੀ ਉੱਠਨਸਾਰ ਮੈਂ ਦੇਖਿਆ ਇੰਨਾ ਪਾਣੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਨਾ ਸੀ ਨਹਿਰਾਂ ਦੇ ਵਿੱਚ ਬੈਠੇ ਆ ਔਰ ਇੰਨਾ ਪਾਣੀ ਹੈ ਦੇਖੋ ਬਰਸ਼ ਕਰਨ ਤੋਂ ਵੀ ਪਹਿਲਾਂ ਨਾ ਮੈਂ ਪਾਣੀ ਕੱਢਣ ਲੱਗ ਗਈ ਇੰਨਾ ਪਾਣੀ ਇਕੱਠਾ ਹੋਇਆ ਪਿਆ ਸੀ ਇਹ ਬਾਹਰਲਾ ਵੇੜਾ ਸਾਡਾ ਤੇ ਇੰਨਾ ਪਾਣੀ ਇਕੱਠਾ ਹੋਇਆ ਪਿਆ ਸੀਗਾ ਮੈਂ ਉੱਧਰ ਨੂੰ ਪਾਈਪਰ ਮਾਰਾਂ ਤੇ ਉੱਧਰ ਨੂੰ ਨਾ ਜਾਵੇ ਦੇਖੋ ਤੁਸੀਂ ਪਾਣੀ ਬਿਲਕੁਲ ਕਾਬੂ ਨਹੀਂ ਆ ਰਿਹਾ ਸੀ ਇੰਨਾ ਮੀਂਹ ਪੈ ਰਿਹਾ ਸੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਤਿੰਨ ਦਿਨਾਂ ਦਾ ਇਹ ਦੇਖੋ ਬੈਡਰੂਮ ਦੀ ਛੱਤ ਇੰਨੀ ਲੀਕ ਕਰ ਰਹੀ ਸੀਗੀ ਨਾ ਪਾਣੀ ਪਾਣੀ ਹੋਇਆ ਪਿਆ ਐ ਡਰ ਲੱਗਦਾ ਵੀ ਟਾਇਲਾਂ ਹੈਗੀਆਂ ਕਿਤੇ ਕੋਈ ਬੰਦਾ ਭਾਈ ਫਿਸਲ ਵੀ ਨਾ ਜਾਵੇ ਹਨਾ ਇਹ ਦੇਖੋ ਇੰਨਾ ਬੁਰਾ ਹਾਲ ਹੋਇਆ ਪਿਆ ਸੀ ਬਰਸ਼ ਕਰਨ ਤੋਂ ਵੀ ਪਹਿਲਾਂ ਨਾ ਮੈਂ ਸਾਰਾ ਭਾਈ ਵਾਈਪਰ ਨਾਲ ਘਰ ਸਾਰਾ ਮਤਲਬ ਕਲੀਨ ਕੀਤਾ ਔਰ ਪਾਣੀ ਪਾਣੀ ਮੈਂ ਕਹਿੰਨੀ ਆ ਕੋਈ ਕਿਤੋਂ ਪਾਣੀ ਚੋ ਰਿਹਾ ਹੈ ਕੋਈ ਕਿਤੋਂ ਪਾਣੀ ਚੋ ਰਿਹਾ ਹੈ ਔਰ ਇਹ ਦੇਖੋ ਕਿਚਨ ਦੇ ਵਿੱਚ ਵੀ ਬੁਰਾ ਹਾਲ ਇੱਕ ਚਾਹ ਦਾ ਕੱਪ ਵੀ ਬਣਾਉਣ ਨੂੰ ਜਗ੍ਹਾ ਹੈ ਨਹੀਂ ਸੀ ਇੰਨਾ ਮਤਲਬ ਕਿਚ-ਕਿਚ-ਕਿਚ-ਕਿਚ ਹੋਈ ਪਈ ਸੀਗੀ ਪਹਿਲਾਂ ਮੈਂ ਵਾਈਪਰ ਲਿਆ ਬਰਸ਼ ਕਰਨ ਤੋਂ ਵੀ ਪਹਿਲਾਂ ਮੈਂ ਕਿਹਾ ਚੱਲ ਪਹਿਲਾਂ ਆਪਣਾ ਘਰ ਨੂੰ ਦੇਖਾਂ ਪਹਿਲਾਂ ਘਰ ਕਲੀਨ ਕਰਾਂ ਫੇਰ ਪੀਉਂਗੀ ਚਾਹ ਪਹਿਲਾਂ ਤਾਂ ਮੈਨੂੰ ਬਹੁਤ ਡਰ ਲੱਗਣ ਲੱਗ ਗਿਆ ਵੀ ਇਹ ਕੀ ਗੱਲ ਹੋ ਗਈ ਕਿਚਨ ਦੇ ਵਿੱਚ ਵੀ ਦੇਖੋ ਸਾਰੇ ਘਰ ਇਸ ਤਰ੍ਹਾਂ ਆ ਦੇਖੋ ਕਿਚਨ ਦੀ ਸੈਲਫ ਦੇ ਉੱਪਰ ਪਾਣੀ ਸਾਰੇ ਮੇਰੇ ਭਾਈ ਡੱਬੇ ਪਾਂਡੇ ਸਾਰੇ ਮਾਂਜੇ ਮਜਾਏ ਸਾਰੇ ਖਰਾਬ ਹੋ ਗਏ ਮੇਰੇ ਇਹ ਦੇਖੋ ਪਾਣੀ ਦਿਖ ਰਿਹਾ ਨਾ ਤੁਹਾਨੂੰ ਉਹ ਦੇਖੋ ਬੂੰਦਾ ਪੈ ਰੀਆਂ ਪਾਣੀ ਦੀਆਂ ਫੇਰ ਜੀ ਸਾਰਿਆਂ ਚ ਮੀਂਹ ਪੈ ਗਿਆ ਫਿਰ ਮੈਂ ਸਾਰੇ ਪਾਂਡੇ ਦਵਾਰੇ ਮਾਂਜੇ ਬਹੁਤ ਬੁਰਾ ਹਾਲ ਹੋਇਆ ਪਿਆ ਸੀਗਾ ਅੱਜ ਤੱਕ ਘਰ ਦਾ ਇੰਨਾ ਇਹ ਦੇਖੋ ਬਾਹਰ ਦੇਖ ਲੋ ਤੁਸੀਂ ਵਿਹੜੇ ਦਾ ਸੀਨ ਦੇਖੋ ਪਾਣੀ ਮੈਂ ਕਹਿੰਨੀ ਆ ਮੀਂਹ ਤਾਂ ਰੁਕਣ ਦਾ ਨਾਮ ਹੀ ਨਹੀਂ ਲਿਆ ਮੀਂਹ ਨੇ ਖਾਣਾ ਤਾਂ ਕਿੱਥੋਂ ਬੰਨਣਾ ਸੀਗਾ ਹਜੇ ਤਾਂ ਸਵੇਰੇ ਉੱਠ ਕੇ ਚਾਹੀ ਨਹੀਂ ਨਸੀਬ ਹੋਈ ਏ ਦੇਖੋ ਕਿਚਨ ਦੇ ਵਿੱਚ ਸਾਰੀ ਕਿਚਨ ਦੀਆਂ ਟੇਲਾਂ ਇਸ ਤਰ੍ਹਾਂ ਹੋ ਰਹੀਆਂ ਸੀ ਜਿਵੇਂ ਆਪਾਂ ਫਰਸ਼ ਧੌਣ ਲੱਗੇ ਪਾਣੀ ਖਿੰਡਿਆ ਹੁੰਦਾ ਇਸ ਤਰ੍ਹਾਂ ਇਹ ਕਿਚਨ ਦੀ ਛੱਤ ਦੇਖ ਲਓ ਕਬੂੜੇ نیچے ਇਹ ਦੇਖੋ ਛੱਤ ਲੀਕ ਹੋ ਰਹੀ ਹੈ ਕਿਉਂਕਿ ਇਹ ਵੀ ਕੀ ਕਰਨ ਛੱਤਾਂ ਵੀ ਰਿਪੇਅਰ ਕਰਾਈ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸੀ ਮੀਂਹ ਦਾ ਤਾਂ ਇੰਨਾ ਜ਼ੋਰ ਸੀ ਨਾ 3 ਦਿਨ ਲਗਾਤਾਰ بارش ਦੇ ਨਾਲ ਦਿਨ ਰਾਤ ਦਿਨ ਰਾਤ ਦੇਖੋ ਬਹੁਤ ਬੁਰਾ ਹਾਲ ਹੋ ਗਿਆ ਔਰ ਡਰ ਵੀ ਇੰਨਾ ਲੱਗਿਆ ਮੈਂ ਕਿਹ ਕਿਤੇ ਛੱਤਾਂ ਡਿੱਗ ਕੇ ਨਾ ਥੱਲੇ ਹੀ ਨਾ ਆ ਜਾਣ ਇਹ ਦੇਖ ਲਓ ਕਿਚਨ ਦੀ ਪਾਈਪ ਔਰ ਕੰਦਾ ਇਸ ਤਰ੍ਹਾਂ ਹੋਈਆਂ ਪਈਆਂ ਸੀ ਜਿਵੇਂ ਮਿੱਟੀ ਦੀਆਂ ਕੰਦਾ ਮਤਲਬ ਖਤਮ ਹੋ ਜਾਂਦੀ ਹੈ ਨਾ ਜਿਵੇਂ ਆਪਾਂ ਦਵਾਰੇ ਉਹਨੂੰ ਰਿਪੇਅਰ ਕਰਾਨੇ ਆ ਇਸ ਤਰ੍ਹਾਂ ਹਾਲ ਹੋ ਗਿਆ ਸੀ ਅੱਜ ਤਾਂ ਸਾਡੇ ਘਰ ਦਾ ਵੋਟਾ ਰੈਣਾ ਲੱਗਣ ਲੱਗ ਗਿਆ ਸੀ ਮੈਨੂੰ ਤਾਂ ਸਵੇਰੇ ਉੱਠ ਕੇ ਵੀ ਪਾਣੀ ਮੈਂ ਕਿੱਥੋਂ ਸਾਫ਼ ਕਰਾਂ ਔਰ ਕਿੱਥੇ ਮੈਂ ਚਾਹ ਬਣਾਵਾਂ ਹਨਾ ਬੁਰਾ ਹਾਲ ਹੋ ਗਿਆ ਸੀ ਆ ਦੇਖੋ ਓਕੇ ਸੋਕੇ ਫਿਰ ਮੈਂ ਜੀ ਖਾਣਾ ਖੂਣਾ ਬਣਾ ਰਹੀ ਸੀਗੀ ਕਦੇ ਇੱਧਰ ਹੋਵਾ ਕਦੇ ਉੱਧਰ ਹੋਵਾ ਦੇਖੋ ਖਾਣਾ ਤਾਂ ਬਣਾਉਣਾ ਸੀਗਾ ਹਨਾ ਫਿਰ ਦੇਖੋ ਇਹ ਦੇਖੋ ਕਿਚਨ ਦੇ ਵਿੱਚ ਹੁਣੇ ਪਾਣੀ ਸਾਫ ਕੀਤਾ ਸੀ ਹੁਣ ਫੇਰ ਹੋ ਗਿਆ ਫੇਰ ਭਾਈ ਮੈਂ ਇਹਨਾਂ ਦੇ ਥੱਲੇ ਲਾਇਆ ਟਰਬ ਬਾਲਟੀਆਂ ਉਹ ਵੀ ਨਾ ਕਾਬੂ ਆਣ ਕਿਉਂ ਇੰਨਾ ਪਾਣੀ ਕਿੱਥੇ ਮਤਲਬ ਅਲੱਗ-ਅਲੱਗ ਜਗ੍ਹਾ ਤੋਂ ਪਾਣੀ ਆ ਰਿਹਾ ਸੀ ਕਿੰਨੇ ਕ ਭਾਂਡੇ ਮੈਂ ਰੱਖਦੀ ਬਹੁਤ ਆ ਦੇਖੋ ਤੁਸੀਂ ਛੱਤਾਂ ਦੇਖ ਲਓ ਬੁਰਾ ਹਾਲ ਹੋਇਆ ਪਿਆ ਮੇਰੀਆਂ ਛੱਤਾਂ ਘਰ ਦਾ ਇਹ ਦੇਖੋ ਸਾਰੀ ਦੀਵਾਰ ਇਹਨਾਂ ਮਤਲਬ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਪਹਿਲਾਂ ਤਾਂ ਥੋੜਾ-ਬੋਤਾ ਹੀ ਸੀਗਾ ਪਾਣੀ ਲੀਕ ਹੁੰਦਾ ਇਹ ਪਹਿਲੀ ਵਾਰ ਇੰਨਾ ਪਾਣੀ ਲੀਕ ਹੋਇਆ ਹੈ ਕਿਉਂਕਿ ਬਰਸਾਤ ਹੀ ਨਹੀਂ ਰੁਕੀ ਔਰ ਪੂਰੇ ਜੋਰਾਂ ਸ਼ੋਰਾਂ ਨਾਲ ਹੀ ਮਤਲਬ ਬਰਸਾਤ ਆ ਰਹੀ ਸੀ ਗਿਆ ਦੇਖੋ ਛੱਤਾਂ ਮੇਰੇ ਘਰ ਦੀਆਂ ਕਿਵੇਂ ਚੋਰੀਆਂ ਮੈਂ ਤਾਂ ਦੇਖ ਕੇ ਡਰ ਲੱਗਣਾ ਦੇਖੋ ਭਾਂਡੇ ਮੇਰੇ ਹੁਣ ਮੰਜੇ ਸੀਗੇ ਸਾਰੇ ਭਾਂਡੇ ਹੁਣ ਫੇਰ ਇੱਕ ਪਾਸੇ ਰੱਖ ਤੇ ਫੇਰ ਗਿੱਲੇ ਹੋ ਗਏ ਹਨਾ ਬੰਦਾ ਕੀ ਕਰੂਗਾ बार-बार ਮੈਂ ਪਾਣੀ ਮਤਲਬ ਸਾਫ਼ ਕਰੀ ਜਾ ਰਹੀ ਸੀ ਔਰ ਮੀ ਫੇਰ ਪਾਣੀ ਦੇਖੋ ਛੱਤਾਂ ਫੇਰ ਚੋਰੀਆਂ ਮੇਰੀਆਂ ਅੱਜ ਤਾਂ ਬਹੁਤ ਹੀ ਬੁਰਾ ਹਾਲ ਹੋ ਗਿਆ ਘਰ ਦਾ ਮੇਰੇ ਦਾ ਬਹੁਤ ਹੀ ਜ਼ਿਆਦਾ ਸਵੇਰੇ ਉੱਠ ਕੇ ਨਾ ਚਾਹ ਵੀ ਨਸੀਬ ਨਹੀਂ ਹੋਈ ਦੇਖ ਲਓ ਪਹਿਲਾਂ ਹੀ ਲੱਗ ਗਈ ਮੈਂ ਕੰਮ ਕਰਨ ਵਾਸਤੇ ਇਹ ਦੇਖੋ ਹੁਣ ਪਾਣੀ ਸਾਫ਼ ਕੀਤਾ ਸੀਗਾ ਹੁਣ ਫੇਰ ਇੰਨਾ ਇਕੱਠਾ ਹੋ ਗਿਆ ਛੱਤਾਂ ਵੀ ਨਾ ਲੱਗ ਲੱਗ ਜਗਾ ਤੋਂ ਚੋਰੀਆਂ ਹੁਣ ਕਿੱਥੇ ਕਿੱਥੇ ਬੰਦਾ ਭਾਂਡੇ ਰੱਖੇ ਹਨਾ ਫਿਰ ਮੈਂ ਬਾਰ-ਬਾਰ ਕੱਪੜਾ ਹੀ ਫੜਿਆ ਹੋਇਆ ਹੱਥ ਦੇ ਵਿੱਚ ਤੇ ਬਸ ਉਸੇ ਨਾਲ ਹੀ ਆ ਦੇਖੋ ਫਿਰ ਮੈਂ ਸਿੰਪਲ ਜਿਹਾ ਆਲੂ ਬਣਾਏ ਨਾਲ ਬਣਾਈ ਜੀ ਰੋਟੀ ਬਸ ਇੰਨਾ ਕੀ ਵਲੋਗ ਬਣਿਆ ਤੁਹਾਨੂੰ ਮੀ ਦਿਖਾਤਾ ਆਪਣੇ ਘਰ ਦੀ ਛੱਤਾਂ ਦਿਖਾਤੀਆਂ ਓਕੇ